ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਪ੍ਰਦੀਪ ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗ ਤੇ ਮੈਂ ਜਾ ਰਿਹਾ ਜੀ ਅੱਜ ਪਟਿਆਲੇ ਪਟਿਆਲੇ ਕਿਉਂ ਜਾ ਰਿਹਾ ਕਿਉਂਕਿ ਕਹਿੰਦੇ ਸਾਡੇ ਵੀਰੇ ਕੀ ਨਾਮ ਹੈ ਇਹਦਾ ਛੋਟੂ ਪਲੰਬਰ ਉਰਫ ਕਰਨੀ ਇਹਨਾਂ ਨੇ ਪਤਾ ਨਹੀਂ ਜਾਣਾ ਪਟਿਆਲੇ ਯੂਨੀਵਰਸਿਟੀ 'ਚ ਕੁਛ ਕੰਮ ਜਾ ਇਹਨਾਂ ਨੂੰ ਅਤੇ ਅਸੀਂ ਕਿਹਾ ਚੱਲ ਇਹ ਕਹਿੰਦਾ ਤੂੰ ਵੀ ਚੱਲ ਨਾਲ ਅਤੇ ਮੈਂ ਤਾਂ ਚੁੱਪ ਨਹੀਂ ਮੈਂ ਤਾਂ ਚੁੱਪ ਫਰੀ 'ਤੇ ਜਾ ਰਿਹਾ ਨਾਲ ਕੀ ਹੋ ਗਿਆ ਫਰਾਰੀ ਖੁੱਲ੍ਹਦੀ ਨਹੀਂ ਅਰੇ ਮੈਂ ਬੈਠਣਾ ਸੀ ਮੂਹਰੇ औखा भाई फरारियां का डंगर जरा टाकी खोली असि बैठे नहीं फिर चला दी सारा बैठना दस दी मर्जी बिठा देना आड़ी बहुत औखे हो मैं तेरे मैं दाता अभी तो जगह ही नहीं कर एक मोटा बंदा ना चलो जी मेरे वीरे असीं नाभे पहुंच चुके हैं इत्थे पाउणा सी तेल किन्ने दा पाउणा ओए 900 च मुड़े आऊ वध घट नहीं लगू बचू बच तेल बहुत ज्यादा नहीं पेट्रोल एक्सक्यूज मी 200 क्या कर दो क्या कह दो एक बूंद भी कम होना चाहिए अच्छे से डालना कितने का 500 900 अरे लपड़ मारू टेढ़ा फिंगा हो जाना लो जी कहने आप पहुंच चुके हैं पंजाबी यूनिवर्सिटी और खड़ी रेंज रोवर सानू रेंज रोवर दी बस ये मेन फीचर दी निकल ही बहुत औखे ने फस गया भाई चलो जी असं पहुंच चुके हैं पंजाबी यूनिवर्सिटी पटियाला दे विच कनेडा दा पुत्तर देख देख मैच विच देख कनेडा वाली ने है ना हाँ ते ये पंजाबी यूनिवर्सिटी आए हुए ने ते ओह पड़ाकू जे पता नहीं की करी जांदे ने असं मूहरे फिरदे सानू कोई कम नहीं हैगा जिन्हां नूं कम आ पिछे फिरी जांदे ने रिकॉर्डिंग मंग ली पता नहीं की करी इन्हां ने नहीं सानू अंकल ने हेल्प करी इन्हां नूं भी चल तुसीं स्कूटर ते चल जाओ क्योंकि माड़ा बाई दी तत च फर्क आ सो तां करके असीं सानू राह कैं पता लगू तुरी चल जिथे दिल ने कहता रुक जा उत्थे रुक ठीक है सा कैवें जांदे ने लै ओ पैर ना रुक दी इह आए रोड़े चल जाने उरे कड़ा दा बई जे किसी ने पढ़न पुढ़न लगना ना उरे लगे थोड़ा मतलब होना माहौल है बहुत ज्यादा बाकी पढ़न का माहौल का पता नहीं किमें जाऊ इन्नी कौन बैठी है कै रुपए की ਹੋਰ ਮੈਨੂੰ ਵੱਡੀ ਲੱਗੀ ਜਾਂਦੀ ਹੈ ਕਿੰਨੇ ਦੀ ਹੈ 20 ਰੁਪਏ ਦੀ ਪੈ ਗਈ 20 ਰੁਪਏ ਦਾ ਬਹੁਤ ਮਹਿੰਗੀ ਆ ਕੀ ਕੰਮ ਤੋਂ ਛੋਟੀ ਵਾਲੀ ਹੈ ਪਰ ਵਧੀਆ ਹੈਗੀ ਤਾਂ ਵਧੀਆ ਪਰ ਛੋਟੀ ਆ ਦੂਜੀ ਪੈਟ ਦੀ ਸੇਵਾ ਹਰਜੀਤ ਸਿੰਘ ਵੱਲੋਂ ਨਾਲ ਸਟੈਂਗਾ ਕੈੜੇ ਹੋ ਜਾਣਗੇ ਜੀ ਉਹ ਅੰਦਰ ਦੇ ਦਫ਼ਤਰੀ ਜੇ ਕੰਮ ਕਰਾਉਂਦੇ ਨੇ ਅਸੀਂ ਆਪਦੇ ਆਹ ਵਾਲੇ ਕੰਮ ਕਰ ਲੈਂਦੇ ਹਾਂ ਬਾਕੀ ਆਹ ਦੇਖੋ ਆਹ ਮੇਨ ਬਿਲਡਿੰਗ 'ਚ ਪਹੁੰਚ ਗਏ ਜਿਹੜੀ ਅਸੀਂ ਦੇਖਣ ਆਏ ਹਾਂ ਔਰ ਜਾਣੀ ਜਿੰਨੇ ਜਿੰਨਾ ਕੋਲ ਬੁਲਟ ਆ ਸਾਰਿਆਂ ਕੋਲ ਓਰੀਜਨਲ ਸਲੈਂਸਰ ਆ ਜਾਣੀ ਬੁਲਟ ਦਾ ਸਲੈਂਸਰ ਦਾ ਉਰੇ ਨਹੀਂ ਚੱਲਣਾ ਹੈਗਾ ਸ਼ਹਿਰ ਚ ਜਮੀ ਚੱਲ ਲੈਣੀ ਸਾਰਾ ਤੇ ਲੋ ਜੀ ਅਸੀਂ ਉਰੇ ਫੋਟੋਆਂ ਤੇ ਵੀਡੀਓਆਂ ਖਿੱਚ ਲਈਆਂ ਵੀਡੀਓਆਂ ਖਿੱਚੀਆਂ ਨਹੀਂ ਵੀਡੀਓ ਬਣਾਈਆਂ ਨੇ ਚੱਲੀਏ ਫਿਰ ਹੁਣ ਬਾਈ ਉਰੇ ਫੋਟੋ ਕੈਟ ਰਹੀ ਕਿਉਂਕਿ ਪਤਾ ਨਹੀਂ ਕਿਉਂ ਆਈ ਆਈ ਬਸ ਬਲੈਕ ਜਿਹੇ ਲੱਗਦੇ ਨੇ ਸਾਰੇ ਜਾਣੇ ਲੋ ਚੱਲਦੇ ਹਾਂ ਹੁਣ ਗੱਡੀ 'ਚ ਬਹਿੰਦੇ ਹਾਂ ਅਤੇ ਮਾਲ 'ਚ ਚੱਲਦੇ ਹਾਂ ਹੁਣ ਮਾਲ ਦੇਖਦੇ ਹਾਂ ਮਾੜਾ ਜਿਹਾ ਘੁੰਮ ਕੇ AC ਦੀ ਹਵਾ ਲੈਂਦੇ ਹਾਂ ਗੇਅਰ ਪੁੱਠੇ ਵਾਲਾ ਇਹ ਇੱਧਰ ਪਾਸੇ ਗੇਅਰ ਉਹ ਟੈਂਕੀ ਟੂਕੀ ਜਮੀ ਨਵੀਂ ਆ ਕਰਾਇਆ ਹੋਊਗਾ ਸਰੀ ਕਰਾਇਆ ਹੋਇਆ ਬਾਈ ਨੇ ਜਿਹੜੇ ਵੀ ਉਹ ਕਲਾਸਿਕ ਬਾਕੀ ਬੈਟਲ ਗ੍ਰੀਨ ਪਤਾ ਨਹੀਂ ਘੈਂਟ ਲੱਗਦਾ ਫੁੱਲ ਹਨਾ ਨਾਲ ਇਹਦੀ ਆਵਾਜ਼ ਸਰੇ ਹੋ ਲੋ ਵੀ ਮੇਰੇ ਵੀਰੋ ਇੱਥੇ ਸਾਡਾ ਕੰਮ ਨਿਬੜ ਗਿਆ ਸਾਡੀ ਫੋਰਚੂਨਰ ਖੜੀ ਆ ਤੇ ਹੁਣ ਅਸੀਂ ਜਾਣੇ ਆ ਚਲੋ ਚੱਲੀਏ ਕੱਠ ਪਹਿਲਾਂ ਹੀ ਬਹੁਤ ਹੋ ਗਏ ਪਟਿਆਲਾ ਆਉਣ ਤੇ ਆਪ ਜੀ ਦਾ ਧੰਨਵਾਦ ਆਪਾਂ ਤਾਂ ਜਾਣ ਲੱਗੇ ਆਉਣ ਲੱਗੇ ਕਹਿੰਦੇ ਆ ਆ ਕੀ ਆ ਸਾਲਾ ਗੱਡੀ 'ਚ ਪੰਛੀ ਬਾ ਜਾਨਵਰ ਬਾ ਇੱਧਰ ਨੂੰ ਸੱਟ ਲਈ ਉੱਧਰ ਨੂੰ ਜਾ ਮੱਕੜੀ ਦੇ ਗੱਡੀ ਆ ਇਹ ਕਦੇ ਹੋਰ ਦੀ ਨਾ ਉੱਧਰ ਨੂੰ ਮਾਰੇ ਨਾ ਗਈ ਮੱਕੜੀਆਂ ਵਾਲੀ ਵਾਲੇ ਸਵੈਟਰ ਸਵੈਟਰਮੈਨ ਦੀ ਗੱਡੀ ਆਣੀ ਏ माड़ी फील आ रही है ਕੱਪੜੇ ਲੈ ਲੈਂਦਾ ਹਰਮਨ ਕੱਪੜਾ ਲੈ ਲੈਂਦਾ
ਚੱਲਦੀ ਨਹੀਂ ਚਸਲੇ ਚ ਗੋਲੀਆਂ ਨਹੀਂ ਹੈਗੀਆਂ ਆਹ ਸਿਰ ਆਉਗਾ ਦੇਖ ਕੀ ਮਿਲ ਕੇ ਜਾ ਲੱਛੋ ਬੁੱਲ ਭਲੇਡ ਆਉਂਦਾ ਹੈ ਬੁੱਲ ਭਲੇਡ ਆਉਂਦਾ ਹੈ ਆਇਆ ਇੱਥੋਂ ਮੈਨੂੰ ਵੀ ਤੀਰ ਕਮਾਨ ਚੱਕਣ ਦੇ ਫਿਰ ਸਾੜੀ ਵਾਲੀ ਗੁੱਡੀ ਹੈ ਨਾ ਜ਼ਿੰਦਗੀ ਚ ਪਹਿਲੀ ਵਾਰ ਦੇਖੀਆਂ ਨੇ ਨਹੀਂ ਤਾਂ ਦੁਨੀਆਂ ਹੁੰਦੀਆਂ ਨੇ ਬਾਰਬੀ ਵਾਲੀਆਂ ਬਸ ਰਹਿਣਾ ਆ ਕੋਈ ਜੇ ਇੰਡੀਅਨ ਫੈਨ ਆ ਬਾਰਬੀਆਂ ਦਾ ਤਾਂ ਉਹ ਲੈ ਸਕਦੀਆਂ ਨੇ ਬਾਕੀ ਲਈ ਕਾਫੀ ਦੇਖ ਲਿਆ ਪਰ ਮਤਲਬ ਚੰਡੀਗੜ੍ਹ ਦਾ ਦਿਨਾਂ ਵਰਗਾ ਥੋੜਾ ਜਿਹਾ ਮੌਲ ਦੇ ਛੋਟਾ ਪਰ ਠੀਕ ਆ ਘੁੰਮ ਘੁੰਮ ਕੇ ਖਾਂਦੇ ਹਾਂ ਫਿਰ ਜਾਂਦੇ ਹਾਂ ਆਹ ਦੇਖੋ ਆਹ ਪੌੜੀ ਉੱਪਰ ਨੂੰ ਗਏ ਥੱਲੇ ਨੂੰ ਉਤਰੇ ਬਸ ਆਈ ਕੋ ਕਰਦੇ ਫਿਰਦੇ ਆ ਖਵਾਏਗਾ ਪੈਸੇ ਤਾਂ ਹੈ ਨੀ ਅਸੀਂ ਜੀ ਇੱਕਦਮ ਮੀਲਾਂ ਕਰਾਣੀ 180 ਬੜੀਆਂ ਅਸੀਂ 1500 ਦਾ ਅਸੀਂ ਆਈ ਕੋ ਖਾਂਦੇ ਹਾਂ ਇੰਨੇ ਅਮੀਰ ਆ ਐ ਨੀ ਪਤਾ ਹੁਣ ਜਮੀ ਕੰਗਾਲ ਹੋ ਗਏ ਜਲੂਸ ਕੱਢ ਰਹੇ ਜਲੂਸ ਬਸ ਹੁਣ ਦੇਖੋ ਇਹਨਾਂ ਫਲੇਵਰ ਚੇਂਜ ਹੋ ਗਿਆ ਹੁਣ ਚੱਲ ਕੁਛ ਤਾਂ ਫਰਕ ਪਿਆ ਹੀ ਹੋਣਾ ਹੋ ਗਿਆ ਨਾ ਕਾਮਯਾਬ ਚਲੋ ਹੁਣ ਖਾ ਕੇ ਮਿਲਦਾ ਤੁਹਾਨੂੰ ਜੀ ਬਣਾ ਲਈ ਉਹ ਕੋਈ ਪਹਿਲੀ ਵਾਰ ਟ੍ਰੇਨ ਦੇਖੀ ਆ ਸਨੈਪ ਬਣਾਈ ਆ ਪਹਿਲੀ ਵਾਰ ਟਾਈਮ ਤੇ ਆਹ ਆ ਗਈ ਦੀਦੀ ਆਹੋ ਆ ਦੇਖੋ ਮੈਂ ਤੂੰ ਬੁਲਾਓ ਦੇਖ ਮਾਲ ਗੱਡੀ ਆ ਦੇਖੀ ਹੁਣ ਅਸੀਂ ਇੱਕ ਲੈਣੀ ਆ ਦਵਾਈ ਤੇ ਦਵਾਈ ਉਹ ਸਿਰਫ ਪਟਿਆਲੇ ਹੀ ਮਿਲਦੀ ਆ ਮੈਂ ਸੁਣਿਆ ਹੋਰ ਕਿਤੋਂ ਮਿਲਦੀ ਨਹੀਂ ਹੈਗੀ ਤੇ ਸਾਹ ਕਰਕੇ ਪਾਇਆ ਸੀ ਮੈਡੀਕਲ ਇੱਥੇ ਲੈ ਕੇ ਦਵਾਈ ਫਿਰ ਚੱਲਦੇ ਹਾਂ ਠੰਡਾ ਪੀਣ ਨੂੰ ਬਹੁਤ ਜੀ ਕਰਦਾ ਯਾਰ ਠੰਡਾ ਤਾਂ ਪੀ ਲਈਏ ਨਸ਼ਾ ਕਰਦੇ ਨੇ ਮੁੰਡੇ ਨਸ਼ਾਲ ਹੋਰ ਲੈ ਕੇ ਪਾਣੀ ਦੀ ਬੋਤਲ ਅਤੇ ਹੁਣ ਇੱਕ ਲੈਣ ਲੱਗਾ ਸਟਿੰਗ ਬ੍ਰੇਕ ਸਟਿੰਗ ਪੀ ਕੇ ਫਿਰ ਚੱਲਦੇ ਹਾਂ ਵਾਪਸ ਘਰ ਨੂੰ ਆਹ ਹੋਰ ਨਾ ਕਿਤੇ ਵੱਡਾ ਸੀ ਲੈਂਬੂ ਆਪਣੀ ਘਰੇ ਮੁੰਜਾ ਥਨ ਡਾਕੂਮੈਂਟ ਕਰ ਤੇ ਹੀ ਫਿਲਹਾਲ ਅਸੀਂ ਪਹੁੰਚ ਚੁੱਕੇ ਹਾਂ ਘਰੇ ਤੇ ਆਹ ਦੇਖੋ ਪਹੁੰਚ ਗਿਆ ਤੇ ਹੁਣ ਇਹਨਾਂ ਨੂੰ ਤੋਰਦੇ ਹਾਂ ਰਫਾ ਦਫਾ ਕਰਨਾ ਤੇ ਇੱਕ ਹੋਰ ਕਹਿੰਦਾ ਸੀ ਇੱਕ ਮੈਂ ਕੱਲ੍ਹ ਨਾ ਜਿਹੜੀ ਆਪਣੀ ਰਾਤ ਸਾਡੇ ਹਾਲ ਉੱਠਿਆ ਸੀਗਾ ਮਾੜਾ ਜਿਹਾ ਵੀ ਬੁਲਟ ਤਾਂ ਛੇੜਖਾਨੀ ਕਰਦੇ ਹਾਂ ਤੁਸੀਂ ਬੋਲੋ ਉਹ ਛੇੜਖਾਨੀ ਦੇਖ ਕੇ ਆਓ ਰਾਤ ਵਾਲੀ ਫਿਰ ਅੱਗੇ ਤੁਹਾਨੂੰ ਮਿਲਦਾ ਚਲੋ ਇੱਦੀ ਰਾਤ ਹੋ ਗਈ ਸਾਡੇ ਪਤਾ ਨਹੀਂ ਕੀ ਕੀੜਾ ਉੱਠਿਆ ਬੇੜੀਆਂ ਆਹ ਲੈਟਾਂ ਨੇ ਇਹ ਬੈਟਰੀ ਤਾਂ ਕਰਨੀ ਕਰਨੀ ਕੱਲ੍ਹ ਤਾਂ ਨੀਲੀਆਂ ਪਾਉਣੀਆਂ ਨੇ ਜੇ ਕੱਲ੍ਹ ਤੋਂ ਫਿਊਜ਼ ਉੱਡਣ ਲੱਗ ਗਿਆ ਵੱਡੂ ਬਹੁਤ ਥੋੜ੍ਹੇ ਦੋਹਾਂ ਨੂੰ ਕਲੈਣੇ ਆ ਤੁਹਾਡੇ ਕਰਕੇ ਹੋ ਰਿਹਾ ਬਸ ਐਂ ਪਤਾ ਮੈਨੂੰ ਨਹੀਂ ਪਤਾ ਤੁਹਾਡੇ ਕਰਕੇ ਹੋ ਰਿਹਾ ਚਲੋ ਫੜ ਆਹ ਖੋਲਦੇ ਹਾਂ ਤੇ ਬਾਕੀ ਅਸੀਂ ਨਾ ਆਹ ਵਾਲੀ ਲਾਈਟ ਤੇ ਓਲਡ ਲਾਈਟ ਦੇ ਪਲੱਗ ਕੱਢ ਲਏ ਤੇ ਹੁਣ ਅਸੀਂ ਬੈਟਰੀ ਵਾਲੀ ਤਾਰ ਲੱਭਦੇ ਉਹਨਾਂ ਨਾਲ ਜੋੜ ਕੇ ਦੇਖਦੇ ਹਾਂ ਪੜਾਕਾ ਪਾਵਾਂਗੇ ਜਾਂ ਫਿਊਜ਼ ਉਡਾਵਾਂਗੇ ਅਸੀਂ ਤਗੜੇ ਮਿਸਤਰੀ ਹਾਂ ਉਹ ਇਹਨੂੰ ਇੰਨਾ ਨਾ ਮਚੋ ਇੱਥੇ ਤਾਰ ਤੋਰ ਨਾ ਅਰਥ ਕਰਦੀ ਰਾਹ ਵੀ ਹੋ ਜੂ ਪੱਕੀ ਉਹ ਚਲੋ ਹੁਣ ਕਰਕੇ ਮਿਲਦੇ ਹਾਂ ਤੁਹਾਨੂੰ ਅਜੇ ਕਿਸ ਨੂੰ ਮਾੜਾ ਜਿਹਾ ਸਿਸਟਮ ਲੱਭਦਾ ਗਿਆ ਆਹ ਹੈਗੀ ਜਿਹੜੀ ਪੋਜ਼ਿਟਿਵ ਵਾਲੀ ਤਾਰ ਜਿਹਨੂੰ ਜੋੜਦੇ ਹਾਂ ਦੇਖੋ ਰਿੰਗ ਲਾਈਟ ਮੱਚਦੀ ਆ ਛੱਡਦੇ ਹਾਂ ਛੱਡਦੇ ਜੇ ਆਪਾਂ ਇਕੱਲੀ ਭੂਤ ਵਾਲੀ ਲਾਉਣੀ ਆ ਦੇਖੋ ਇਕੱਲੀ ਭੂਤ ਵਾਲੀ ਯਾਨੀ ਆਪਾਂ ਨਹੀਂ ਹੁਣ ਇਕੱਲੀ ਰਿੰਗ ਰੱਖ ਲਈਏ ਜਾਂ ਭੂਤ ਹਟਾਉਣਾ ਹਟਾ ਸਕਦੇ ਹਾਂ ਹਟਾ ਦਈਏ ਕਿ ਰੱਖ ਲਈਏ ਕਮੈਂਟ ਕਰਕੇ ਦੱਸਿਓ ਫਿਲਹਾਲ ਤਾਂ ਮੈਂ ਲਾ ਦਿੰਦਾ ਯਾਨੀ ਜੇ ਤੁਸੀਂ ਕਹੋਗੇ ਤਾਂ ਰੱਖ ਲਾਂਗੇ ਅਸੀਂ ਫਿਰ ਚੱਕ ਦਾਂਗੇ ਅਤੇ ਲਓ ਜੀ ਫਾਈਨਲੀ ਆਪਾਂ ਮੈਂ ਤਕੜੇ ਇਲੈਕਟ੍ਰੀਸ਼ੀਅਨ ਨੇ ਤਾਰਾਂ ਤੂਰਾਂ ਲਾਤੀਆਂ ਨੇ ਐਂ ਦਾ ਕਦ ਪੜਾਕਾ ਪਵੇ ਇਹਨਾਂ ਦਾ ਪਰ ਫਿਲਹਾਲ ਕੰਮ ਕਰ ਰਹੀਆਂ ਦੇਖੋ ਆਹ ਵੀ ਚੱਲ ਰਿਹਾ ਆਹ ਵੀ ਚੱਲ ਰਹੀਆਂ ਨੇ ਜਦਕਿ ਸਟਾਰਟਰ ਚੱਲਣੀ ਚਾਹੀਦੀ ਆ ਪਿੰਜ ਉਦੋਂ ਕੱਟ ਕੇ ਬੈਟਰੀ ਕਰਤੀਆਂ ਇੰਜਨ ਨਾਲ ਕਨੈਕਸ਼ਨ ਸੁੱਲੀ ਛੱਡਤੇ ਮਤਲਬ ਪਲੱਗੇ ਛੱਡਤੇ ਉਹ 'ਚ ਜਾਣੀ ਕਰੰਟ ਤਾਂ ਨਹੀਂ ਜਾ ਸਕਦਾ ਕਿਸੇ ਲੋਟ ਕੁੱਲ ਮਿਲਾ ਕੇ ਸਭ ਕੁਛ ਚੱਲ ਰਿਹਾ ਹੁਣ ਉਹਨੂੰ ਫਿੱਟ ਕਰਕੇ ਮਿਲਦਾ ਤੁਹਾਨੂੰ ਅਤੇ ਇਹ ਰਾਤ ਹੋਈ ਹੋਈ ਆ ਕੇਸ ਸਾਡੇ ਫਿਰਿਆ ਹੋਇਆ ਪਹਿਲਾਂ ਤਾਂ ਮੈਂ ਸੋਚਦਾ ਸੀ ਕੱਲ੍ਹ ਨੂੰ ਨਵੀਆਂ ਲਾਈਟਾਂ ਲਿਆ ਕੇ ਪਾ ਦਾਂਗੇ ਪਰ ਹੁਣ ਮੈਨੂੰ ਯਾਦ ਆ ਵੀ ਉਹ ਤਾਂ ਪੁਰਾਣੀਆਂ ਹੀ ਪਈਆਂ ਨੇ ਇਹੀ ਪਾ ਕੇ ਦੇਖਦਾ ਵੈਸੇ ਨਪਾ ਆ ਗਈਆਂ ਲਾਈਟਾਂ ਨੇ ਪਰ ਹੁਣ ਆਪਾਂ ਕੰਮ ਵਧੀਆ ਕਰਦੇ ਦੇਖਦੇ ਹਾਂ ਵੀ ਸਹੀ ਚੱਲਦਾ ਕਿ ਨਹੀਂ ਕੰਮ ਆ ਫੜੋ ਯਾਰ ਖੋਲ ਲਈ ਨਾਟਾ ਜੀ ਇਹਦੀ ਨੀਲੀ ਲਾਈਟ ਪਾਈ ਚੱਲ ਪਈ ਦੋ ਕੁ ਮਿੰਟ ਦੇਖਿਆ ਜੀ ਬੁੱਝ ਗਈ ਮੈਨੂੰ ਡਰ ਲੱਗਣ ਲੱਗਿਆ ਪਿਊ ਜੁੜ ਗਿਆ ਹੁਣ ਦੁਬਾਰਾ ਨਾ ਉਹ ਕਾਂਡ ਹੋ ਗਿਆ ਜੀ ਹੁਣ ਹੋ ਗਿਆ ਵੱਡੂ ਬਹੁਤ ਸਾਲਾ 800 ਰੁਪਏ ਲਾਇਆ ਸੀਗਾ ਨਾ 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 ਮੈਂ ਨਹੀਂ ਕਰਨੀ ਦੇਖੋ ਇਹ ਮੈਂ ਲਾਈਟ ਮੈਂ ਤੁਹਾਨੂੰ ਦਿਖਾਈ ਬਲੌਗ ਦੇ ਵਿੱਚ ਮੈਂ ਲਾਈਟ ਪਾਈ ਚੱਲ ਪਈ ਨੀਲੀ ਫਿਰ ਮੈਂ ਬਲੌਗ ਸਟਾਰਟ ਕਰਨਾ ਸੀ ਉਹ ਪੀਲੀ ਵਧੀਆ ਚੱਲਦੀ ਨੀਲੀ ਖੜ ਗਈ ਮੈਂ ਕਿਹਾ ਲੈ ਵੀ ਮੈਂ ਜਦੋਂ ਬੰਦ ਕਰਤੀ ਸੱਚ ਜਦੀ ਆਹ ਪੀਲੀ ਦੁਬਾਰੇ ਪਾ ਦੀ ਕਿਉਂਕਿ ਪਿਛਲੀ ਵਾਰ ਜਦੋਂ ਆਏ ਹੋਇਆ ਸੀ ਸਾਰੀ ਫਿਊਜ਼ ਉੱਡਣ ਲੱਗ ਗਈ ਤੁਹਾਨੂੰ ਪਤਾ ਹੀ ਹੈ 5000 ਦਾ ਖਰਚ ਆ ਜਾਣਾ ਦੀ ਸੋ ਆਹ ਲਾਈਟਾਂ ਹੈਗੀਆਂ ਨੇ ਬੇਕਾਰ ਇਹਨੂੰ ਸੱਟੋ ਨਾੜੀ 'ਚ ਨਾ ਨਾ ਚੈੱਕ ਕਰਕੇ ਦੇਖ ਇਹਨਾਂ ਨੂੰ ਓਫੋ ਚੱਲ ਚੈੱਕ ਕਰ ਲਾ ਕੁੱਲ ਮਿਲਾ ਕੇ ਬੈਟਰੀ ਤਾਂ ਹੋਇਆ ਹੁਣ ਦੇ ਚਿੱਟੀਆਂ ਲਾਈਟਾਂ ਜਿਹੜੀਆਂ ਚਿੱਟੀਆਂ ਲਾਈਟਾਂ ਸੀ ਉਹ ਨਹੀਂ ਖਰਾਬ ਹੋਈਆਂ ਸੀਗੀਆਂ ਚਿੱਟੀਆਂ ਲਾਈਟਾਂ ਪਾ ਕੇ ਦੇਖਾਂਗੇ ਅਤੇ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਰਾਤ ਅਸੀਂ ਨਾ ਕਨੈਕਸ਼ਨ ਕਰਕੇ ਆ ਦੇਖੋ ਚਾਬੀ ਘੁਮਾਉਂਦੇ ਸਾਰ ਲਾਈਟਾਂ ਜਗ ਪੈਂਦੇ ਨੇ ਮੇਰੇ ਵੀਰੋ ਘੁਮਾਉਂਦੇ ਸਾਰ ਬਲੌਗ ਬਣਦੇ ਮੂਹਰੇ ਆ ਬੋਲਦੇ ਨੇ ਵੀ ਤੂੰ ਪਰੇ ਹੋ ਗੱਲ ਕਰ ਲਾ ਅਤੇ ਲਓ ਜੀ ਬਲੈਕੀ ਦਾ ਪਲਾਨ ਕੈਂਸਲ ਹੋ ਗਿਆ ਬਲੈਕੀ ਆ ਜਾਊਗਾ ਅਮਰਿੰਦਰ ਵੀ ਚੁੱਪ ਹਲਵਾਈ ਨਾਲ ਅਤੇ ਮੈਨੂੰ ਹੈਗਾ ਮਾਡਲ ਅਸੀਂ ਪਤਾ ਕੀ ਕਰਨਾ
ਆਹ ਦੇਖੋ ਜਿਵੇਂ ਤੁਹਾਨੂੰ ਬਸ ਦੱਸਿਆ ਸੀਗਾ ਵੀ ਆਹ ਲਾਈਟਾਂ ਜਿਹੜੀਆਂ ਉਹ ਸਟਾਰਟ ਕਰਨ ਤੋਂ ਚੱਲਦੀਆਂ ਨੇ, ਅਸੀਂ ਇਹਦਾ ਕਨੈਕਸ਼ਨ ਚੇਂਜ ਕਰਕੇ ਬੈਟਰੀ 'ਤੇ ਕਰਤੀਆਂ ਦੇਖੋ ਰਾਤ, ਅਤੇ ਹੁਣ ਚਾਬੀ ਘੁਮਾਈਦੀ ਚੱਲ ਪੈਂਦੀਆਂ ਨੇ, ਅਤੇ ਫਿਰ ਮੈਂ ਸੋਚਿਆ ਵੀ ਨੀਲੀਆਂ ਲਾਈਟਾਂ ਪਾਊਂਗਾ ਅਤੇ ਹੁਣ ਫਿਊਜ਼ ਨਹੀਂ ਹੋਣਗੀਆਂ, ਪਰ ਨੀਲੀਆਂ ਲਾਈਟਾਂ ਪਾਈਆਂ ਉਹ ਜਦੀ ਬੰਦ ਹੋਣ ਲੱਗ ਗਈ, ਮੈਨੂੰ ਐਸੀ ਮੈਂ ਵੀਡੀਓ ਨਹੀਂ ਬਣਾਈ ਸੀ ਉਹ ਜਦੀ ਬੰਦ ਹੋ ਗਈ, ਮੈਂ ਇੱਕੋ ਲਾ ਚਾਬੀ ਬੰਦ ਕਰਕੇ ਨਾ ਦੁਬਾਰਾ ਆਹ ਪਾਤੀਆਂ ਅਤੇ ਚੁੱਪਲ ਭਾਈ ਆਹ ਆ ਗਿਆ, ਅਤੇ ਬਹੁਤ ਔਖੇ ਮਤਲਬ ਫਿਰ ਮੈਂ ਦੁਬਾਰਾ ਆਹ ਆਹ ਲਾਈਟਾਂ ਪਾਤੀਆਂ, ਹੁਣ ਮੈਂ ਦੇਖਦਾ ਵੀ ਚਿੱਟੀਆਂ ਲਾਈਟਾਂ ਪਾ ਕੇ ਲੈਣਾ, ਲਾਈਟਾਂ 'ਚ ਫਲਟ ਸੀਗਾ ਉਹ ਆਪਾਂ ਨਾਲ ਛੱਡਤੀਆਂ ਸੀਗੀਆਂ, ਅਤੇ ਹੁਣ ਜਾਂਦੇ ਹਾਂ ਅਤੇ ਲਾਈਟਾਂ ਨਵੀਂ ਚਿੱਟੀਆਂ ਪਾ ਦੇਖਦਾ ਕੋਈ ਨੀਲੀਆਂ ਹੋਈਆਂ ਨੀਲੀਆਂ ਪਾ ਲਾਂਗੇ, ਅਤੇ ਨੀਲੀਆਂ ਖਰਾਬ ਜਿਹੀਆਂ ਨਾ ਹੁੰਦੀਆਂ ਹੋਈਆਂ ਫਿਰ ਨੀਲੀਆਂ ਰੱਖਾਂਗੇ ਨਹੀਂ ਚਿੱਟੀਆਂ, ਹਾਂ ਚਲਾ ਚੱਲੀਏ। ਮਾਡਲ ਨੇ ਕਹਿੰਦਾ ਨਵੇਂ ਟਾਇਰ ਪਾਉਣੇ ਨੇ, ਉਹ ਮੈਂ ਆਪਣਾ ਪੁਰਾਣੇ ਟਾਇਰ ਪਾਈ ਫਿਰਦਾ, ਲੈ ਦੱਸ ਮੈਂ ਟਾਇਰ ਬਦਲ ਕੇ ਆਇਆ, ਮੈਂ ਕੱਲ੍ਹ ਨਵੀਆਂ ਚੱਪੀਆਂ ਕਢਾਈਆਂ ਸੀ ਅੱਜ ਭੁੱਲ ਗਿਆ ਪਾਉਣੀਆਂ, ਮੈਂ ਕੱਲ੍ਹ ਪਾਈਆਂ ਸੀ ਅੱਜ ਮੈਂ ਪੁਰਾਣੀਆਂ ਚੱਕ ਕੇ ਭੁੱਲ ਕੇ ਪਾ ਲਈਆਂ, ਹੁਣ ਫੀਲਿੰਗ ਤਕੜੀ ਜੀ ਆਉਂਦੀ ਆ ਦੇਖ ਲਓ, ਕੱਲ੍ਹ ਚੱਪਲਾਂ ਮੈਂ ਨਵੀਆਂ ਪਾਈਆਂ ਨੇ ਅੱਜ ਪਾਉਣੀਆਂ ਭੁੱਲ ਗਿਆ, ਮੈਨੂੰ ਪੁਰਾਣੀਆਂ ਦਿਖੀਆਂ ਮੈਨੂੰ ਯਾਦ ਨਹੀਂ ਮੈਂ ਨਵੀਆਂ ਚੱਪਲਾਂ ਲਈਆਂ ਹੋਈਆਂ ਨੇ, ਇੱਕ ਮੇਰੇ ਫੋਨ 'ਤੇ ਨਾ ਗਲਾਸ 'ਤੇ ਟੇਢ ਨਹੀਂ ਹੈਗੀ ਚਰੀਟ ਆ ਮਾੜੀ ਜੀ, ਮਾੜੀ ਜੀ ਚਰੀਟ ਆ ਦੇਖਣ ਨੂੰ ਬੁਰੀ ਲੱਗਦੀ ਆ, ਉਹ ਦੇਖਦੇ ਹਾਂ ਜੇ ਗਲਾਸ ਵੀ ਨਵਾਂ ਪਾਉਣਾ ਪੈ ਗਿਆ, ਗਲਾਸ 'ਤੇ ਊਂ ਤਾਂ ਕੋਈ ਸਕਰੈਚ ਨਹੀਂ, ਬਸ ਆਹ ਨਿਕਲ ਸਕਰੈਚ ਦਿਖਾਉਣਾ ਤੁਹਾਨੂੰ, ਆਹ ਦੇਖੋ ਇਹ ਬੁਰਾ ਬਹੁਤ ਲੱਗਦਾ, ਅਤੇ ਬਾਕੀ ਗਲਾਸ ਆਪਾਂ ਲਵਾ ਲਿਆ ਉਹ 'ਤੇ ਥੋੜ੍ਹੇ ਜਿਹੇ ਬਬਲ ਨੇ ਪਰ ਚੱਲਣਗੇ ਕਿਉਂਕਿ ਉਹ ਚਾਰਜ ਫੋਨ ਉਹਨੇ ਗਰਮ ਹੋ ਕੇ ਆਪਣੇ ਬਬਲ ਉੱਡ ਜਾਣੇ ਨੇ, ਸੋ ਮੈਂ ਬਬਲ ਦੀ ਟੈਨਸ਼ਨ ਲੈਂਦਾ, ਗਲਾਸ 'ਤੇ ਮੈਂ ਪੁਰਾਣਾ ਗਲਾਸ ਚੇਪੜਦਾ, ਮੈਂ ਕੀ ਕਰੀਏ ਸਿੱਟ ਦੀਏ, ਇਹ ਕੰਮ ਆ ਸਕਦਾ ਕੰਮ ਤਾਂ ਕੋਈ ਨਹੀਂ ਆਉਣਾ, ਬਸ ਰੱਖ ਦਿਆਂ ਘਰੇ ਆ ਕੇ ਸਾਂਭ ਜਿਹੇ 'ਚ ਪਾ, ਯਾਦ ਹੋ ਜੀ ਆਪਾਂ ਚਿੱਟੀਆਂ ਵੀ ਲੈ ਲਈਆਂ ਨੀਲੀਆਂ ਵੀ ਲੈ ਲਈਆਂ, ਦੇਖਦੇ ਜੇ ਨੀਲੀਆਂ ਔਕਣ ਕਰ ਦਈਆਂ ਫਿਰ ਤੁਹਾਨੂੰ ਰੱਖ ਦਾਂਗੇ, ਫਿਰ ਚਿੱਟੀਆਂ ਪਾ ਦਾਂਗੇ, ਚਿੱਟੀਆਂ ਵੀ ਓਪਨ ਕਰੀਆਂ ਫਿਰ ਆਪਾਂ ਪੀੜੀਆਂ ਜਿਹੜੀਆਂ ਨੋਰਮਲ ਉਹੀ ਰੱਖਾਂਗੇ ਫਿਰ ਚੇਂਜ ਕਰਦੇ, ਮਤਲਬ ਕਿ ਸਾਨੂੰ ਨੋਰਮਲੀ ਪੰਜਾਹ ਦੀਆਂ ਦੋ ਮਿਲਦੀਆਂ ਨੇ ਔਰ ਸਾਨੂੰ ਮਿਲੀਆਂ ਨੇ ਪੰਜਾਹ ਦੀਆਂ ਚਾਰ, ਇਹ ਸੱਟ ਦੀਆਂ ਨਹੀਂ ਚਲੋ ਦਸ ਹੈ ਨਹੀਂ ਸੀਗੇ ਉਹ ਕਹਿੰਦੇ ਚਲੋ ਪੰਜਾਹ ਦੇ ਦਿਓ, ਜਾਣੀ ਫਾਇਦੇ 'ਚ ਮਿਲ ਗਈਆਂ ਉਹ, ਇਹਨੂੰ ਘਰੇ ਆ ਕੇ ਫਿੱਟ ਕਰਾਂਗੇ, ਹਾਂ ਯੂ ਕੈਨ ਡੂ ਇਟ, ਅਤੇ ਮੋਟਰ ਦੇ ਨਵੇਂ ਟਾਇਰ ਪਾਉਣ ਚੱਲਿਆ ਜੀ, ਦੇਖਦੇ ਹਾਂ ਕਿ ਹੈ ਪਸੰਦ ਹੋਏ ਨੇ, ਇੱਕ ਲੈ ਲੈਂਦਾ ਨੇੜੇ ਉਹ, ਚਲੋ ਜੀ ਚੱਪਲਾਂ ਤੇਰੇ ਭਾਂਤ ਭਾਂਦੀਆਂ ਪਈਆਂ ਨੇ ਪਰ ਮੋਡਲ ਨੂੰ ਕਲਾਸਿਕ ਜਿਹੀਆਂ ਪਸੰਦ ਆਈਆਂ ਨੇ, ਉਹ ਤਾਂ ਕੜੀ ਚੜੀਆਂ ਹੋਈਆਂ ਨੇ, ਟੋਟਲ 10 ਸਾਲ ਆਈ ਜਾਣਗੀਆਂ 10 ਉਮਰ ਵੱਟੇ ਆ ਇਹਨਾਂ ਨੇ, ਲੈ ਲਓ ਵੀਰੇ ਆਹ ਇਹਨਾਂ ਦਾ ਕਿੰਨਾ ਪ੍ਰਾਈਜ਼ ਆ, ਇਹ 240 ਆ, ਠੀਕ ਆ ਆਹ ਦੇਖ ਲੈ ਵੀਰੇ, ਕਰਨਾ ਨਵੀਆਂ ਪਾ ਕੇ ਜਾਣੀਆਂ ਪੁਰਾਣੀਆਂ ਨਵੀਆਂ ਪਾ ਕੇ, ਲਓ ਜੀ ਕਹਿੰਦੇ ਮੋਡਲ ਨੇ ਨਵੀਆਂ ਚੱਪਲਾਂ ਲੈਣੀਆਂ ਤਾਂ ਲੈਣਗੇ ਪਾਰਟੀ, ਇੰਨਾ ਕੁਛ ਕਿੱਥੇ ਚੱਲਦਾ ਇਹਨਾਂ ਦਾ, ਲਓ ਜੀ ਹੁਣ ਆ ਕਹਿੰਦੇ ਕਲਾਸਿਕ ਚੱਪਲਾਂ ਕਢਾ ਲਈਆਂ, ਦੇਖਦੇ ਹਾਂ ਮਾਡਲ ਕਿੰਨੀਆਂ ਖਾਂਦਾ ਇਹ, ਬਿੱਲੂ ਨੇ ਚੱਕ ਚੱਕ ਮਾਰ ਦੇਣਾ ਕੋਈ ਗਲਤੀ ਕਰੇ, ਉਹਨਾਂ ਨੇ ਕਹਿੰਦੇ ਜਿਹੜੀ ਮਰਜ਼ੀ ਲੈ ਲਾ ਖਾਣੀਆਂ ਤਾਂ ਹੀ ਨੇ, ਕੀ ਮਾਡਲ ਗਿਆ ਜੀ ਰੀਚਾਰਜ ਕਰਾਉਣ, ਜਾਣੂ ਮੌਸਮ ਬਹੁਤ ਘੈਂਟ ਹੋ ਗਿਆ, ਹਵਾ ਬਹੁਤ ਚੱਲ ਰਹੀ ਹੈ ਠੰਡੀ ਠੰਡੀ, ਜਾਣੀ ਮੀਂਹ ਆਉਣ ਦਾ ਪ੍ਰੋਗਰਾਮ ਹੈਗਾ ਫਿਲਹਾਲ, ਇਹੋ ਜਿਹਾ ਮੌਸਮ ਰਹੇ ਬੜੀ ਘੈਂਟ ਹਵਾ ਚੱਲ ਰਹੀ ਆ, ਪੈਟਰੋਲ ਪੰਪ ਵਾਲੇ ਬਾਈ ਉਹਨਾਂ ਨਾਲ ਸ਼ਰਤ ਲਾਈ ਆ ਵੀ ਤੇਲ ਕੱਢ ਕੇ ਦਿਖਾਓ, ਲੈ ਦਿਖਾਓ ਕਿੱਥੇ ਡੀਜੇ ਦੀ ਮੂੰਹ ਹੀ ਲਗਾਉਣ ਲੱਗ ਗਏ, ਚਲੋ ਕੋਈ ਗੱਲ ਨਹੀਂ ਹੋ ਜਾਂਦਾ ਕਦੀ ਕਦੀ, ਸਮਝ ਨਹੀਂ ਇਹਨਾਂ ਨੂੰ ਹਲੇ BSX ਦਾ ਪਤਾ ਨਹੀਂ, ਪਰ ਕਹਿੰਦੇ ਉਹੀ ਤਾਂ ਪੁੱਛ ਲਿਆ ਵੀ ਤੇ ਉਸ ਦੋਸਤ ਦਾ ਤੇਲ ਪਾ, ਉਹਨੇ ਪਾ ਦਿੱਤਾ ਕੱਢ ਕੇ ਦਿਖਾ, ਕਹਿੰਦਾ ਕੱਢ ਲੂ ਲੈ, ਮੈਂ ਲੈ ਦਿਖਾ ਕੱਢ ਕੇ, ਉਹ ਫਿਰ ਅੜਜ ਗਏ, ਉਹੀ ਯਾਰ ਪੰਪ ਵਾਲੇ ਵੀ ਵਿੱਚ ਵਿੱਚ ਮਾੜੇ ਮਾੜੇ ਚਾਹਵਨ ਲੈ ਜਾਂਦੇ ਨੇ, ਮੈਨੂੰ ਪਿਛਲੀ ਵਾਰ ਕਿਵੇਂ ਕਿਹਾ ਸੀ ਇਹਨਾਂ ਨੇ, ਲਓ ਜੀ ਆਪਾਂ ਚੇਂਜ ਕਰਕੇ ਦੇਖਦੇ ਹਾਂ, ਆ ਬਲੂ ਵੀ ਲਿਆਉਂਦੀਆਂ ਨੇ ਵਾਈਟ ਵੀ, ਦੇਖ ਪੰਜਾਹ ਦੀਆਂ ਚਾਰ ਮਿਲ ਗਈਆਂ ਐਤਕੀ, ਖਾਣ ਦਿਓ ਵਧੀਆ ਬੰਦਾ ਯਾਰ, ਪਤਾ ਨਹੀਂ ਕਿਵੇਂ, ਚਲੋ ਹੁਣ ਬਦਲ ਕੇ ਦੇਖਦੇ ਹਾਂ, ਜਿੱਦਾਂ ਓਕਣੇ ਖਰਾਬ ਜਿਹੀਆਂ ਹੁੰਦੀਆਂ ਫਿਰ ਨਹੀਂ ਪਾਉਣੀਆਂ ਹੈਗੀਆਂ, ਫਿਰ ਆਪਾਂ ਅਸੀਂ ਰੱਖ ਲਾਂਗੇ ਰਿਜਨਲ ਵਾਈਟ ਪਾ ਦੇ, ਉਹ ਨਹੀਂ ਪਹਿਲਾਂ ਨੀਲੀਆਂ ਪਾ ਕੇ ਦੇਖਦੇ ਹਾਂ, ਅਤੇ ਆਹ ਦੇਖੋ ਜੀ ਹੁਣ ਨੀਲੀਆਂ ਲਾਈਟਾਂ ਪਾ ਦਿੱਤੀਆਂ, ਇਹ ਤਾਂ ਬੰਦ ਹੋਣੀ ਰਹੀਆਂ, ਕੱਲ੍ਹ ਤਾਂ ਪਾਉਂਦੇ ਸਾਰੇ ਬੰਦ ਹੋ ਗਏ ਸੀਗੀ, ਜੇ ਬੰਦ ਹੋਈਆਂ ਫਿਰ ਰਿਜਨਲ ਪਾ ਦਾਂਗੇ, ਨਹੀਂ ਫਿਰ ਆਹ ਰੱਖ ਲੈਂਦੇ ਨੀਲੀਆਂ, ਲਓ ਜੀ ਨੀਲੀਆਂ ਕਨਫਰਮ ਹੋ ਗਈਆਂ ਨੇ, ਜੇ ਹੁਣੇ ਖਰਾਬ ਹੋਈਆਂ ਤਾਂ ਜਦੋਂ ਆਪਾਂ ਚਿੱਟੀਆਂ ਪਾ ਦਿੰਦੇ, ਚਿੱਟੀਆਂ ਵੀ ਖਰਾਬ ਹੋਈਆਂ ਫਿਰ ਆਪਾਂ ਰਿਜਨਲ ਜਿਹੜੀਆਂ ਹੋਈ ਰੱਖਾਂਗੇ, ਫਿਰ ਨਹੀਂ ਲਾਈਟਾਂ ਨਾਲ ਛੇੜਛਾੜ ਕਰਦੇ, ਫਿਰ ਤੁਹਾਡੀ ਬੈਟਰੀ 'ਤੇ ਕਰੀਆਂ ਹੋਈਆਂ ਨੇ ਆਪਾਂ ਬੈਟਰੀ 'ਤੇ ਵੀ ਹਟਾ ਕੇ ਨੋਰਮਲ ਹੀ ਕਰ ਦਾਂਗੇ, ਚਲੋ ਹੁਣ ਦੇਖਦੇ ਇਹਨੂੰ ਟੈਸਟ ਕਰਦਾ ਥੋੜ੍ਹਾ ਕੁ ਟਾਈਮ ਵੀ ਸਹੀ ਚੱਲਦੀਆਂ ਨੇ, ਅਤੇ ਲਗਭਗ 10 ਮਿੰਟ ਹੋ ਗਏ ਸੀ ਇਹਨਾਂ ਦੀ ਚੱਲਦੀਆਂ ਛੱਡੀਆਂ, ਦੇਖੋ ਕਿੰਨੀਆਂ ਜ਼ਿਆਦਾ ਘੈਂਟ ਲੱਗਦੀਆਂ ਨੇ, ਵੀਡੀਓ 'ਚ ਤਾਂ ਮੈਨੂੰ ਪਤਾ ਨਹੀਂ ਪਰ ਰੀਅਲ 'ਚ ਬਹੁਤ ਘੈਂਟ ਲੱਗ ਰਹੀਆਂ ਨੇ ਖੜੀਆਂ, ਇੱਥੋਂ ਜੱਜਦੀਆਂ ਨੇ ਪੂਰੀਆਂ ਘੈਂਟ ਪੰਪ ਸਰਾ ਪਟਾਕਾ, ਜੇ ਹੁਣੇ ਮਤਲਬ ਕਿ ਨਾ ਖਰਾਬ ਹੋਈਆਂ ਫਿਰ ਅਸੀਂ ਰੱਖ ਲਾਂਗੇ, ਨਾਲੇ ਚਾਬੀ ਦੇ ਹੀ ਨੇ ਚਲੋ ਗੇਟ ਦੇ ਕਈ ਕਿਤੇ ਖਰਾਬ ਤਾਂ ਨਹੀਂ ਹੁੰਦੀ, ਮੋਟੋ ਬੁਲਾਈ ਹੋਣ ਕਰਿਆ ਮੋਟੋ, ਅਤੇ ਫਿਲਹਾਲ ਤਾਂ ਦੋਨੋਂ ਲਾਈਟਾਂ ਚੱਲ ਰਹੀਆਂ ਨੇ ਕਿਉਂਕਿ ਇੱਕ ਤਾਂ ਉਰੇ ਨੀਲੀ ਲਾਈਟ ਦੀ ਆ, ਦੂਜੀ ਉਰੇ ਮਾੜੀ ਦੀ ਪਰ ਮੈਂ ਇੰਡੀਕੇਟਰ ਵਿੱਚ ਦੇਖ ਰਿਹਾ, ਜਾਣੀ ਪਹਿਲਾਂ ਤਾਂ ਕੱਲ੍ਹ ਪਾਉਣ ਸਾਰੇ ਖਰਾਬ ਜਿਹੇ ਹੋਣ ਲੱਗ ਗਏ ਸੀ, ਉਹ ਬੱਲਵੀਆਂ 'ਚ ਫਾਲਟ ਸੀ ਪੱਕਾ, ਅਤੇ ਹੁਣ ਤਾਂ ਦੇਖਦੇ ਹਾਂ
ਹੋਰ ਨਹੀਂ ਖਰਾਬ ਹੋਣੀ ਚਾਹੀਦੀ ਨਹੀਂ ਬਹੁਤ ਘੱਟ ਲੱਗਦੇ ਬਸ ਇਹ ਹੋਰ ਨਾ ਫਿਊਜ਼ ਨਾ ਉੜੇ ਇਹਨਾਂ ਦਾ ਹੋਰ ਵੈਸੇ ਤਾਂ ਬੈਟਰੀ ਤੇ ਹੀ ਨੇ ਯਾਰ ਹੁਣ ਜਾਣੀ ਜੇ ਹੋ ਜਾਂ ਤਾਂ ਦੇਖ ਲਾਂਗੇ ਬਿੱਲੇ ਦਾ ਟੈਲੈਂਟ ਤੁਹਾਨੂੰ ਕਈ ਵਾਰ ਦਿਖਾਇਆ ਚੱਲ ਇੱਕ ਵਾਰ ਫਿਰ ਤੋਂ ਦਿਖਾਉਂਦੇ ਆ ਚੱਲ ਬਿੱਲੇ ਲੱਗਾ ਚੱਲ ਹੁਣ ਪਾ ਮੋਟਰ ਮੋਟਰ ਹੈ ਤਾਂ ਦੱਬਾ ਫਿਰ ਠੀਕ ਆ ਇੱਧਰ ਨੂੰ ਵਗਦਾ ਹੁਣ ਇੱਧਰ ਨੂੰ ਦੇਖੋ ਕੱਥਰ ਵਾਲੇ ਪਾਉਂਦਾ ਬਿੱਲਾ ਵੀ ਕੈੜਾ ਬਹੁਤ ਪਾਪੂਲਰ ਹੋ ਗਿਆ ਬਿੱਲੇ ਤੂੰ ਬੋਲਾ ਜਵਾਬ ਦੇ दोनों ही बंद हो गया हुण जाके जिहड़े बैटरी दे कनेक्शन करे ओह भी सही करदे आ सारे कट के सही कर दे फिर तुहानू मिलदे आ बस दिखाने कुछ है नहीं कर दे तुहानू इलैक्ट्रीशियन वाला काम करके मिलदे तो लो जी हुण आपां बुलट बिलकुल बैक टू ओरिजिनल करता मतलब कि रिंग लाइट दा चलूगा चलूगा आ स्टार्ट करदे चलदे आ तुहानू दिखा दिंदे आ बस हूँ इस लाइट चेंज करने क्योंकि काम खराब हो रहा की फायदा आप रख लेंगे ये माड़िया नहीं है तो ही अब का ब्लॉग पूरी खत्म करते हैं जो ब्लॉग वजिए लगे तो लाइक शेयर सब्सक्राइब कमेंट कर दो तो मिलता थोड़ा नवे ब्लॉग तब तक लिखा टाटा।